ਸਤਿ ਸ਼੍ਰੀ ਅਕਾਲ, ਮੈਂ ਤੁਹਾਡੀ ਆਪਣੀ ਨੇਹਾ ਵੈਦ। ਅੱਜ ਮੈਂ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੀ ਹਾਂ ਜਿਨ੍ਹਾਂ ਨੂੰ ਬੱਚਾ ਨਹੀਂ ਠਹਿਰਦਾ ਜਾਂ ਵਾਰ ਵਾਰ ਉਹਨਾਂ ਨੂੰ ਗਰਭਪਾਤ ਹੋ ਰਿਹਾ ਹੈ, ਉਹਨਾਂ ਵਾਸਤੇ ਇੱਕ ਨੁਸਖਾ ਦੱਸਣ ਜਾ ਰਹੇ ਹਾਂ ਜੀ। ਤੁਸੀਂ ਨੰਬਰ 1 'ਤੇ ਲੈਣੀ ਹੈ ਜੀ ਮੋਤੀ ਪਿਸ਼ਟੀ। ਮੋਤੀ ਪਿਸ਼ਟੀ ਤੁਸੀਂ 5 ਗ੍ਰਾਮ ਲੈਣੀ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਲੈਣੀ ਹੈ ਜੀ ਚਾਂਦੀ ਭਸਮ। ਚਾਂਦੀ ਭਸਮ ਤੁਸੀਂ 2.5 ਗ੍ਰਾਮ ਲੈਣੀ ਹੈ ਜੀ। ਫਿਰ ਤੁਸੀਂ ਲੈਣੇ ਜੀ ਪੁੱਤਰ ਜੀਵਕ ਬੀਜ ਦੀ ਗਿਰੀ 10 ਗ੍ਰਾਮ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਸ਼ਿਵਲਿੰਗੀ ਬੀਜ ਲੈਣੇ 10 ਗ੍ਰਾਮ। ਉਸ ਤੋਂ ਬਾਅਦ ਤੁਸੀਂ ਪਲਾਸ ਦੇ ਬੀਜ ਲੈਣੇ ਹੈ ਜੀ 5 ਗ੍ਰਾਮ, ਠੀਕ ਹੈ ਜੀ। ਇਹਨਾਂ ਸਾਰੇ ਮਿਸ਼ਰਣ ਨੂੰ ਪੀਸ ਕੇ ਕੱਪੜ ਛਾਣ ਕਰ ਲੈਣਾ ਹੈ, ਅਤੇ ਉਸ ਤੋਂ ਬਾਅਦ ਤੁਸੀਂ 500 mg ਦਾ ਕੈਪਸੂਲ ਭਰ ਲੈਣਾ ਜੀ। ਇਹਦੇ ਕੈਪਸੂਲ ਭਰ ਕੇ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਖਾਣਾ ਖਾਣ ਤੋਂ ਬਾਅਦ 1-1 ਕੈਪਸੂਲ ਤੁਸੀਂ ਦੁੱਧ ਦੇ ਨਾਲ ਲੈਣਾ। ਇਹ ਤੁਸੀਂ ਮਹੀਨਾ ਰੈਗੂਲਰ ਕਰਦੇ ਰਹੋ, ਅਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਵਟਸਐਪ 'ਤੇ ਰਿਪਲਾਈ ਕਰਕੇ ਦੱਸਿਓ ਕਿ ਤੁਹਾਨੂੰ ਇਹਦਾ ਰਿਜ਼ਲਟ ਕਿੱਦਾਂ ਦਾ ਲੱਗਿਆ। ਸੋ ਤੁਸੀਂ ਇਸ ਵਿਧੀ ਨੂੰ ਬਣਾਓ ਘਰੇ, ਬਣਾ ਕੇ ਤੁਸੀਂ ਕੈਪਸੂਲ ਭਰ ਕੇ ਅਤੇ ਡੇਲੀ ਇਸਦਾ ਰੋਜ਼ਾਨਾ ਨਿਯਮਤ ਇਹਦਾ ਸੇਵਨ ਕਰੋ।